ਲੁਧਿਆਣਾ ਵਿੱਚ ਇੱਕ ਨਿੱਜੀ ਕੰਪਨੀ ਦੀਆਂ ਵਧੀਕੀਆਂ ਦੇ ਖਿਲਾਫ ਪਲੱਸ ਗਰੁੱਪ ਦੇ ਮੈਂਬਰਾਂ ਨੇ ਰੇਲਵੇ ਲਾਈਨਾਂ ਦਾ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਨੇਕਾਂ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਅਤੇ ਮੁਸਾਫਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਰੇਲਵੇ ਟਰੈਕ ਦੇ ਜਾਮ ਹੋ ਜਾਣ ਤੇ ਜਿੱਥੇ ਲੁਧਿਆਣਾ ਜੰਮੂ, ਲੁਧਿਆਣਾ ਅੰਮ੍ਰਿਤਸਰ ਅਤੇ ਲੁਧਿਆਣਾ ਦਿੱਲੀ ਨੂੰ ਜਾਣ ਵਾਲੀਆਂ ਅਨੇਕਾਂ ਮੇਲ ਤੇ ਐਕਸਪ੍ਰੈਸ ਗੱਡੀਆਂ ਪ੍ਰਭਾਵਿਤ ਹੋਈਆਂ, ਉੱਥੇ ਹੀ 4 ਦੇ ਕਰੀਬ ਪੈਸੰਜਰ ਤੇ ਮਾਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ। ਜੋ ਹਮਨੇ ਧਰਨਾ ਲਗਾਇਆ ਹੈ, ਜਹਾਂ ਪਰ ਪਰਲਿਸ ਕੰਪਨੀ 1983 ਤੋਂ ਚੱਲ ਰਹੀ ਸੀ, ਇਸ ਕੰਪਨੀ ਨੇ ਲੋਗੋ ਕਾ ਪੈਸਾ ਜੋ ਆਪਣੇ ਅਕਾਊਂਟ ਮੇਂ ਜਮਾ ਕਰਵਾਤੀ ਥੀ, ਉਸਕੀ ਸੇਲਟੀ ਹਰ 6 ਮਹੀਨੇ ਬਾਅਦ ਵਾਪਸ ਕਰਤੀ ਥੀ। ਕਰਨੇ ਕੇ ਬਾਅਦ ਜਬ 21/8/2014 ਕੋ ਇਸ ਕੰਪਨੀ ਨੇ ਆਪ ਜੋ ਲੋਗੋ ਕਾ ਪੈਸਾ ਹੈ ਉਹ ਗੌਰਮੈਂਟ ਔਰ ਸੇਬੀ ਨੇ ਮਿਲਕਰ ਇਸਕੋ ਬੰਦ ਕੀਆ ਹੈ। ਉਨਕੇ ਬਾਅਦ ਜਬ ਇਸਕਾ ਪੈਸਾ ਬੰਦ ਹੋਇਆ 21/8/2016 ਕੇ ਬਾਅਦ ਹਮਨੇ ਨਿਰਮਲ ਸਿੰਘ ਭੰਗੂ ਜੋ ਇਸਕਾ ਚੇਅਰਮੈਨ ਥਾ ਜਾਂ ਉਸਕੇ ਡਾਇਰੈਕਟਰ ਥੇ, ਉਨਕੋ ਤਿਹਾੜ ਜੇਲ੍ਹ ਮੇਂ ਬੰਦ ਕਰਵਾਇਆ। ਇਨਸਾਫ ਕੀ ਆਵਾਜ਼ 2.5 ਸਾਲ ਸੇ ਪਿੱਛੇ ਕੰਮ ਕਰ ਰਹੀ ਹੈ। ਇਹਨੂੰ ਕਾਫੀ ਜਗ੍ਹਾ ਪਰ ਜੋ ਹਿੰਦੁਸਤਾਨ ਕੇ ਵਿੱਤ ਮੰਤਰੀ ਅਰੁਣ ਜੇਟਲੀ, ਰਾਜਨਾਥ ਸਿੰਘ ਸੇ ਕਾਫੀ ਮੁਲਾਕਾਤਾਂ ਕੀ, ਉਹਨੇ ਕਾਫੀ ਵਿਸ਼ਵਾਸ ਦਵਾਇਆ ਕਿ ਆਪਕਾ ਪੈਸਾ ਮਿਲ ਜਾਏਗਾ। ਪਰ ਜੋ ਹਮਨੇ ਸੁਪਰੀਮ ਕੋਰਟ ਮੇਂ ਇਨਕਾ ਕੇਸ ਦਾਇਰ ਕੀਆ, ਉਸਮੇਂ 2/2/2016 ਕੋ ਫੈਸਲਾ ਹੁਆ ਕਿ ਜੋ ਲੋਡਾ ਕਮੇਟੀ ਇੱਕ ਗਠਨ ਕੀਆ ਗਿਆ ਜਸਟਿਸ RM ਲੋਡਾ ਕੇ ਮੁਤਾਬਕ, ਉਹਨੇ ਕੀਆ ਜੇ ਇਹ ਕੰਪਨੀ ਕਾ ਪੈਸਾ ਜੋ ਲੋਗੋ ਕਾ 49,100 ਕਰੋੜ ਰੁਪਇਆ ਉਹ ਲੋਡਾ ਕਮੇਟੀ 6 ਮਹੀਨੇ ਮੇਂ ਵਾਪਸ ਕਰੇ। ਪਰ ਅੱਜ ਉਸ ਕਾਮ ਕੋ 18 ਮਹੀਨੇ ਬੀਤ ਚੁੱਕਣੇ ਕੇ ਬਾਅਦ ਵੀ ਉਹ ਪੈਸਾ ਹਮਾਰਾ ਵਾਪਸ ਨਹੀਂ ਆਇਆ। ਇਸਕੇ ਬਦਲੇ ਮੇਂ ਜੋ ਨਿਰਮਲ ਸਿੰਘ ਭੰਗੂ ਕੀ ਜੋ ਪਰਲੀ ਕੰਪਨੀ ਕੀ ਪ੍ਰੋਪਰਟੀ ਹੈ ਉਸਨੂੰ ਖੁਰਦ ਬੁਰਦ ਕਰਨੇ ਔਰ ਵੇਚਣੇ ਮੇਂ ਤੁਲੇ ਹੋਏ ਹੈ, ਜਿਸਮੇ ਇੱਕ ਜਿੰਦਾ ਮਿਸਾਲ ਹੈ ਬਨੂੜ ਪਟਿਆਲਾ ਕੇ ਪਾਸ ਗਿਆਨ। ਹਮ ਮਾਂਗ ਕਰਤੇ ਹੈ ਕਿ ਜੋ ਆਜ ਲੁਧਿਆਣਾ ਮੇਂ ਬਹੁਤ ਬੜੇ ਪੰਜਾਬ ਕੇ ਲੇਵਲ ਕਾ ਧਰਨਾ ਲਗਾਇਆ ਗਿਆ, ਜਿਸਮੇ ਲੋਗੋ ਕੋ ਉਨਕਾ ਜੋ ਪੈਸਾ ਲਗਾਇਆ ਹੈ ਉਹ ਆਪਣੇ ਇੰਟਰਸਟ ਵਿਆਜ ਕੇ ਸਮੇਤ ਉਨਕੋ ਵਾਪਸ ਦਿਆ ਜਾਏ। ਉਸ ਧਰਨੇ ਕੇ ਬਦੌਲਤ ਆਜ ਹਮਾਰੀ ਜੋ ਯੂਨੀਅਨ ਨੇ ਫੈਸਲਾ ਕੀਆ ਕਿ ਆਜ ਹਮ ਟ੍ਰੇਨ ਜੋ ਰੇਲਵੇ ਲਾਈਨ ਹੈ ਉਸਕੋ ਰੋਕ ਕੇ ਇਸਕਾ ਪੰਜਾਬ ਗੌਰਮੈਂਟ ਔਰ ਸੈਂਟਰ ਗੌਰਮੈਂਟ ਕੋ ਇੱਕ ਮੈਸੇਜ ਦਿਆ ਜਾਏ, ਤਾਂ ਕਿ ਉਹ ਹਮਾਰਾ ਪੈਸਾ ਜੋ ਲੋਡਾ ਕਮੇਟੀ ਦੇ ਦਬਾਅ ਪਾਵੇ ਜਾਂ ਸੁਪਰੀਮ ਕੋਰਟ ਫੈਸਲਾ ਕਰੇਗੇ, ਜਲਦੀ ਤੋਂ ਜਲਦੀ ਨਿਵੇਸ਼ਕਾਂ ਦਾ ਜਿਹੜਾ ਪੈਸਾ 49,100 ਕਰੋੜ ਰੁਪਇਆ ਉਹ ਵਾਪਸ ਦਿਆ ਜਾਏ। ਲੁਧਿਆਣਾ ਤੋਂ ਵਿਵੇਕ ਟਾਲ, ਖਬਰ ਹਰਪਲ ਇੰਡੀਆ ਲਈ।